बिस्मिल्लाहिर्रहमानिर्रहीम अस्सलामुअलैकुम मैं वैसे सारे उम्मीद कर ठीक ठाक हो गया जो लोग करने शुरू सुबह सुबह टाइम दे तो सारे जने स्कूल तोड़ के दाऊद बड़ा ही रोन दिया कहना मैं नहीं स्कूल जाना भाई सेव हां रोन दिया कि तू इन रोड ही कहंदे ने तू स्कूल नहीं जाना मैं नहीं जाना मैं छुट्टी नहीं कीती आज कल नहीं मैं छुट्टी करदा ही नहीं इतवार दी भी नहीं करदा पूरे हफ्ते पूरी डीकदे रहंदे हैं इतवार की दुकान है इतवार नु पानी लाइए डेरे ते डेरे इतवार जदों छुट्टी होंदी ना उदों भी मैं सारी दिहाड़ी डेरे हुंना हां छुट्टी करदे हो वर्दी पा मिंट ला वर्दी पा जाना घलना है पैरा गिरदा पैर एक दिन छुट्टी कराई फिर रोजाना करनी करनी चल चल वर्दी पा अबू जी को चल आ बुकल तेन मैं गाल पवा दस बारह चल इधर सुने जाबू निकले स्कूल आप ही छुट्टी तू चल हाँ तू बीमार होगा तू छुट्टी करी बोली ना सर जो बीमार जे अबू जी दौन कहो कि स्कूल तोड़ जे अबू को बच गए ना तेने आख्या मैं छुट्टी करनी अबू मारन लगे तो मेरे कहेंगे नहीं मारना तो बुरी तान नाराज है बुरी कहने मेरे लू जाओ ना जाओ चल हाँ भाई देव को घुट पवाने तेन चल तो गां तो गां तो रहे गुस्सा आ गया तेन बड़ी घुट पैनी चल वीडियो तो चल 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 जा दो चल भाई देव को चल सीधी तरह ईमानदारी तुर जाने तो बड़ी कुट पैनी इधर भाई देव बड़ी सीधी भाई देव दो स्कूल जान दे मारे दबका छबका अबोड़ा मतलब क्या बोरी मार लगे हैं इनू तो मेरे कहते नहीं मारना तो बोरी नाराज हो बोरी कहते अपनी मर्जी करो जाओ ना जाओ पक्का ड्रामी पई है मुंडे हौली 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 बटन मिल लेंदे खोल खोल खोली आने मिलने की बजाय जल्दी पा पेंटिंग पा चली तेन छड़ के आइए मूह नहीं धुपदा पे जवान का दऊ ने वर्दी पा ली जे जुत्ती पा ली जे बैग मैं पा रहा चल चलिए मैं दिना तेन पैसे ले तू टाइम पूरा है स्कूल जान का साढ़े अठ बजे टाइम हो साढ़े अठ बजे स्कूल आ चल मैं तेन मार के आवा स्कूले टीचर तेन कह ना लेट हो गई है तो मैं आखा मैं जाकर टीचर आखा टीचर जी दो कहना मैं नहीं स्कूले जाना तो लेट हो गई इनू मना के लैके आए जल्दी आओ जल्दी आओ कुत्ता भी छड़न जाने तेन स्कूले टीचर कहना टीचर जी गल नहीं मानता चल चल टीचर जी लेट हो गई मेरी वजह तो वही उसे जाके देखी मैं टीचर जी स्कूले छड़न आने लेट हो गई की करना नहीं है मेरे को कोई बहाना मैं की करा सोचो मैं सोचना।
ਨਹੀਂ ਕੁੱਟ ਪਏ ਵੀ ਮੈਨੂੰ ਆ ਕੇ ਪੂਰਾ ਨਹੀਂ ਤੂੰ ਸਕੂਲ ਜਾ ਕੇ ਨਾ ਮੈਂ ਟੀਚਰਾਂ ਨੂੰ ਕਹਿੰਦੀ ਟੀਚਰ ਜੀ ਥੋੜੀ ਲੇਟ ਹੋ ਗਈ ਤੇ ਅਮੀ ਨੇ ਰੀਪਰ ਲੇਟ ਹੋ ਗਈ ਮੈਂ ਜਾ ਨਹੀਂ ਟੀਚਰ ਜੀ ਥੋੜੀ ਲੇਟ ਹੋ ਗਈ ਕਿ ਮੈਂ ਕਹਿੰਦਾ ਮੈਂ ਨਹੀਂ ਜਾਣਾ ਤੂੰ ਟੀਚਰ ਨੂੰ ਜਾ ਕੇ ਨਾ ਬਸ ਤੂੰ ਆਪਣੀ ਕਲਾਸ ਜਾ ਕੇ ਬਹਿ ਜਾਣਾ ਤੇ ਟੀਚਰ ਕਹਿੰਦਾ ਜਰਾ ਲੇਟ ਕਿਉਂ ਹੋਈ ਜੀ ਮੈਨੂੰ ਮੇਰੇ ਇੱਕ ਅੱਧੀ ਜਾਣ ਪਏਗੀ ਬਹੁਤ ਓਏ ਇੱਕ ਅੱਧੀ ਜਾਈ ਚਲਾ ਚੱਲ ਚੱਲ ਸਾ ਬਾਸ ਨੇ ਕਹਿੰਦਾ ਬਾਸ ਵੀਡੀਓ ਬਣਾ ਲਈ ਚੱਲ ਬਾਸ ਤੇ ਸਕੂਲ ਦੇ ਕੱਲ੍ਹ ਗਿਆ ਹੋਣਾ ਚੱਲ ਜਲਦੀ ਕਰ ਉਹ ਤੇਰੀ ਕਲਾਸ ਦਾ ਮੁੰਡਾ ਉਹਦੇ ਨਾਲ ਦੋ ਜਾ ਉਹਦਾ ਆ ਜਲਦੀ ਯਾਰ ਮੈਂ ਤੇਰੇ ਨਾਲ ਨਹੀਂ ਹਾਂ ਨੀ ਤੇਰੇ ਨਾਲ ਨਹੀਂ ਚੱਲ ਤੂੰ ਵੱਡਾ ਹੈ ਤੇਰਾ ਚੱਲ ਚੱਲ ਪਿੱਛੂ ਆਇਆ ਪਿੱਛੂ ਆਇਆ ਗੁਣੀ ਆਇਆ ਅੱਜ ਬੜੀ ਲਾਦੀ ਪਈ ਜੁੱਤੀ ਚੱਲ 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 ਟੈਨਸ਼ਨ ਨਾ ਲੈ ਇੱਧਰ ਆਉਂਦ ਆ ਸਕੂਲ ਲਓ ਦਾ ਆਣ ਕੇ ਲੈ ਦੋ ਬਹੁਤ ਲੇਟ ਕਰਾਉਂਦੇ ਆ ਬ੍ਰੇਕ ਟਾਈਮ ਨਹੀਂ ਲਈ ਚੱਲ ਬ੍ਰੇਕ ਟਾਈਮ ਲਈ ਨਹੀਂ ਪੈਂਦੀ ਚੱਲ ਸਕੂਲ ਦਊਦ ਉਹ ਨੀਵ ਨੇ ਤੁਰ ਜਾਣਾ ਸੀ ਨੀਵ ਨੇ ਵਰਦੀ ਪਾਈ ਹੁੰਦੀ ਦਊਦ ਚੱਲ ਸਕੂਲ ਚੱਲ ਨਹੀਂ ਹੋਰ ਲੇਟ ਕਰਾਉਂਦੇ ਹੋਰ ਕੁੱਟ ਪਏਗੀ ਬਹੁਤੀ ਚੱਲ ਯਾਰ ਦਊਦੀ ਆ ਨਹੀਂ ਤੂੰ ਮੁੜ ਜਾ ਯਾਰ ਚੱਲ ਟੀਚਰਾਂ ਨੂੰ ਪਤਾ ਲੱਗ ਗਿਆ ਬੂਹੇ ਕੇ ਆ ਗਿਆ ਟੀਚਰ ਆ ਜਾਣੇ ਦਊ ਨੂੰ ਸਕੂਲੇ ਛੱਡ ਹੀ ਆਏ ਸਕੂਲੇ ਜਾ ਕੇ ਮੇਰਾ ਨਾਂ ਲਾ ਰਿਹਾ ਕਹਿੰਦਾ ਟੀਚਰ ਜੀ ਇਹਨੇ ਲੇਟ ਕਰਾਈ ਵੀਡੀਓ ਬਣਾਉਣ ਲੱਗ ਪਿਆ ਮੈਂ ਆਖਿਆ ਟੀਚਰ ਜੀ ਕੋਈ ਮੈਂ ਲੇਟ ਨਹੀਂ ਕਰਾਈ ਕਹਿੰਦਾ ਨਹੀਂ ਜਾਣਾ ਤਾਂ ਵਾਸਤੇ ਲੇਟ ਹੋ ਗਈ ਹੈ ਵੀਡੀਓ ਤੁਹਾਨੂੰ ਪਤਾ ਮੈਂ ਕੱਲ ਹੀ ਬਣਾਈ ਦਊ ਨੂੰ ਸਕੂਲੇ ਛੱਡਣ ਦੀ ਉਹਨੂੰ ਵੀ ਮੈਂ ਛੱਡ ਕੇ ਆ ਸਕਦਾ ਹਾਂ ਸਕੂਲੇ ਮੈਂ ਤਾਂ ਬਣਾਈ ਜਿਹੜੀ ਵੱਡਾ ਹੋ ਕੇ ਕਹੇਗਾ ਨਾ ਮੈਂ ਕਦੀ ਸਕੂਲੇ ਜਾਣ ਲੱਗਿਆ ਚੂੰ ਚਾਹ ਨਹੀਂ ਕੀਤੀ ਉਦੋਂ ਆਹ ਵੀਡੀਓ ਵਿਖਾਵਾਂਗਾ ਉਹਨੂੰ ਕਿ ਸਕੂਲੇ ਜਾਣ ਲੱਗਿਆ ਕੀ ਕਰਨਾ ਹੁੰਦਾ ਹੈ ਕੰਮ ਸਾਰੇ ਮੁਕਾਲੇ ਜੇ ਮੈਂ ਤੂੰ ਨਾ ਬੋੜੀ ਚਲੇ ਜੇ ਵਾਲ ਕਟਾਉਣ ਮੇਰੇ ਵਾਲ ਤੇ ਨਹੀਂ ਐਡੇ ਵੱਡੇ ਹੋਏ ਦਾੜੀ ਥੋੜ੍ਹੀ ਵੱਡੀ ਹੋ ਗਈ ਉਹਨੂੰ ਆਪਣੀ ਕੈਂਚੀ ਮਰਵਾ ਲਾਂਗੇ ਅਤੇ ਬੁਰਾ ਵਾਲ ਵੀ ਕਟਾਉਣੇ ਜੇ ਖੱਤ ਅਤੇ ਵਾਲ ਕਟਾਉਣੇ ਨਾਲ ਚਲੋ ਹਮਾਮ 'ਚ ਅਸੀਂ ਪਹੁੰਚ ਗਏ ਜੇ ਹੁਣ ਕਟਾਉਂਦੇ ਹਾਂ ਵਾਲ ਬੋਲਾਂ ਦੇ ਵਾਲ ਕੱਟ ਕਰਦੇ ਤੇ ਬਸ ਪਾਲਿਸ਼ ਕਰਾਉਣੀ ਫਿਰ ਕਲਰ ਵੀ ਕਰਾਉਣਾ ਮੇਰੀ ਵਾਰੀ ਆ ਗਈ ਜੇ ਵਾਲ ਕਟਾਉਣ ਦੀ ਬੋਲਾਂ ਦਾ ਕੰਮ ਹੋ ਗਿਆ ਮੈਂ ਵਾਲ ਕਟਾ ਦਿੱਤੇ ਤੇ ਮੇਰਾ ਕੰਮ ਮੁੱਕ ਗਿਆ ਅਤੇ ਬੋੜੀ ਪਹਿਲਾਂ ਤਾਂ ਬੈਠੇ ਤੇ ਬੈਠੇ ਨੇ ਪਾਲ ਕਟਾ ਲਏ ਜੇ ਆ ਬੋੜ ਵੀਰ ਲੱਗਣ ਲੱਗ ਪਏ ਨੇ ਚੱਲੀਏ ਫਿਰ ਘਰ ਨੂੰ ਘਰ ਪਹੁੰਚ ਗਏ ਅਸੀਂ ਆ ਹੀ ਮੇਰਾ ਅੱਜ ਦਾ ਵਲੋਗ ਉਮੀਦ ਕਰਾਂ ਤੁਹਾਨੂੰ ਚੰਗਾ ਲੱਗਾ ਅਗਰ ਚੰਗਾ ਲੱਗਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤ ਬਾਬ ਨਾਲ ਨਾਲ ਜਿਹੜਾ ਦੋਸਤ ਮੇਰਾ ਚੈਨਲ ਨਵਾਂ ਮੇਰੇ ਚੈਨਲ ਕੋਲ ਸਬਸਕ੍ਰਾਈਬ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼।